ਓ ਸਜਣਾ ਜਬ ਤੱਕ ਜੀਸਾ ਦਿਹਾੜੇ ਇਸ ਜ਼ਿੰਦਗੀ ਤੇ। ਹੁਣ ਦੱਸਾਂ ਤੇ ਇੱਥੇ ਪਹਿਲੇ ਜਗ੍ਹਾ ਦਾ ਨਾਂ ਲੋਈ, ਇੱਥੇ ਲੋਕ ਪਹਿਲੇ ਰਹਿਣੇ ਸਨ, ਅਸਾਂ ਤਾਂ ਨਵੇਂ ਡੈਮ ਨੇ ਪੱਟੇ ਇੱਥੇ ਆਏ ਹਾਂ ਜਨਾਬ। ਓ ਜਬ ਤੱਕ ਇਸ ਕੋਠੀ ਨਹੀਂ ਹਾਲੀ, ਤੁਸੀਂ ਫਰੰਟ ਲੁੱਕ ਚੈੱਕ ਕਰੋ ਕਿਤਨੀ ਸੋਹਣੀ ਹੈ। ਦਿਹਾੜੇ ਇਸ ਜ਼ਿੰਦਗੀ ਦੇ। ਅਸਲਾਮ ਵਾਲੇਕੁਮ ਜੀ, ਉਮੀਦ ਕਰਨੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ, ਖੁਸ਼ਬਾਸ਼ ਹੋ ਸੋ, ਤਾਲਾ ਤਾਲਾ ਨੇ ਫਜ਼ੋ ਮਾਨ ਵਿੱਚ ਹੋ ਸੋ। ਅੱਜ ਮਾਸ਼ਾਅੱਲਾ ਅਸਾਂ ਚਿਕ ਸਵਾਰੀ ਮੌਜੂਦ ਹਾਂ, ਮਾਨਾ ਲੁਕਮਾਨ ਸਾਹਿਬ ਮੌਜੂਦ ਹਨ, ਅਸਣ ਇਹ ਦੋਸਤ ਵੀ ਮੌਜੂਦ ਹਨ, ਔਰ ਅੰਕਲ ਆਰ ਵੀ ਅੰਕਲ ਹੋਰਾਂ ਨੇ ਘਰ ਮੌਜੂਦ ਹਾਂ। ਅਸਣ ਇਹ ਬੜੇ ਪਿਆਰੇ ਦੋਸਤ ਹਨ ਜਨਾਬ ਰਾਸ਼ਿਦ ਜਾਵੇਦ ਸਾਹਿਬ, ਉਹਨੂੰ ਅਸਾਂ ਨਾਲ ਰਾਬਤਾ ਕੀਤਾ ਸੀ ਕਿ ਤੁਸੀਂ ਅਸਣੇ ਇਲਾਕੇ ਜਾਓ ਅਤੇ ਵੀਡੀਓ ਬਣਾਓ। ਮਾਸ਼ਾਅੱਲਾ ਇੱਥੇ ਆਇਆ, ਯਕੀਨ ਮੰਨੋ ਇਹ ਇਲਾਕਾ ਤਾਂ ਕਿ ਬੜਾ ਦਿਲ ਖੁਸ਼ ਹੋਇਆ, ਬੜਾ ਖੂਬਸੂਰਤ ਇਲਾਕਾ ਔਰ ਬੜਾ ਪਿਆਰਾ ਹੀ ਹੈ। ਤਾਂ ਯਕੀਨ ਮੰਨੋ ਕਿ ਇਹ ਐਸੇ ਇਲਾਕੇ ਨੇ, ਇਹਨਾਂ ਇਲਾਕਿਆਂ ਦੀ ਤੱਕੀ ਤਾਂ ਜਿਹੜਾ ਨਾ ਬੜਾ ਸਕੂਨ ਫੀਲ ਆਉਣਾ ਆ। ਬਾਕੀ ਜਿਹੜੇ ਅਸਾਂ ਨੇ ਪਰਦੇਸੀ ਭੈਣ ਭਰਾ ਬਾਹਰ ਗਏ ਹੋਏ, ਉਹਨਾਂ ਵਾਸਤੇ ਸਪੈਸ਼ਲੀ ਵੀਡੀਓ ਬਣਾਉਣੇ ਆ ਕਿ ਚਲੋ ਪਰਦੇਸ ਵਿੱਚ ਅਸਾਂ ਵੀਡੀਓ ਬਣਾਉਣੇ ਆ, ਉਹ ਤੱਕੀ ਕਿੰਨੇ ਹਨ। ਬਾਕੀ ਚੱਲੇ ਹਾਂ ਜਨਾਬ ਅੰਕਲ, ਅਸਾਂ ਨਾਲ ਹਨ ਇਸ ਇਲਾਕੇ ਨੇ ਮੁਤਲਕ, ਇਹਨਾਂ ਨਾਲ ਥੋੜੀ ਗੱਲਬਾਤ ਕਰਨੇ ਆ। ਅਸਲਾਮ ਵਾਲੇਕੁਮ। ਹਾਂਜੀ ਅੰਕਲ, ਠੀਕ ਹੋ? ਠੀਕ ਹੈ, ਠੀਕ ਠਾਕ। ਅੱਛਾ ਅੰਕਲ, ਸਾਰਿਆਂ ਤੋਂ ਪਹਿਲੇ ਇਸ ਇਲਾਕੇ ਨੂੰ ਥੋੜਾ ਤਾਰਫ ਕਰਾਈ ਉਡੋ। ਇਹ ਜਨਾਬ ਬਈ ਹੁਣ ਦੱਸਾਂ ਤੇ ਇੱਥੇ ਪਹਿਲੇ ਜਗ੍ਹਾ ਦਾ ਨਾਂ ਲੋਈ, ਇੱਥੇ ਲੋਕ ਪਹਿਲੇ ਰਹਿਣੇ ਸਨ, ਅਸਾਂ ਤਾਂ ਨਵੇਂ ਡੈਮ ਨੇ ਪੱਟੇ ਇੱਥੇ ਆਏ ਹਾਂ ਜਨਾਬ। ਤੇ ਇਸ ਜਗ੍ਹਾ 'ਚ ਅਸਾਂ ਤਾਂ ਆਪਣਾ ਨਾਂ ਹੀ ਰੱਖਿਆ ਬਈ, ਆਪਣਾ ਬਵਾ ਲੋਈ ਜਗ੍ਹਾ ਨਾਂ ਜਿਹੜਾ, ਤੇ ਇੱਥੇ ਅਸਾਂ ਆਏ ਹਾਂ ਜਨਾਬ। ਪਹਿਲੇ ਤਾਂ ਇਸ ਤਰ੍ਹਾਂ ਹੀ ਪੱਬੀਆਂ ਸਨ। ਠੀਕ ਬਈ ਸਰਾ। ਅੱਛਾ, ਇਹ ਕਿੰਨੇ ਟਾਈਮ ਤੋਂ ਜਿਹੜੀ ਹੈ ਜਗ੍ਹਾ ਆਬਾਦ ਹੋਈ ਹੈ? ਇਹ ਤਕਰੀਬਨ 8-9 ਸਾਲ, 10 ਸਾਲ ਹੈ ਡੈਮ ਬਜਣੇ ਨਾਲ ਹੋਈ ਹੈ। ਪੁਰਾਣੇ ਘਰ ਯਾਦ ਅਛਣੇ, ਪੁਰਾਣੀਆਂ ਜਗ੍ਹਾ ਯਾਦ ਅਛਣੀਆਂ। ਠੀਕ, ਜਿਹੜੇ ਮਾਸ਼ਾਅੱਲਾ ਅਸਣ ਇੱਥੇ ਨੇ ਲੋਕ ਜਿਹੜੇ ਪਰਦੇਸ ਵਿੱਚ ਗਏ ਹੋਏ ਨੇ, ਉਹਨਾਂ ਵਾਸਤੇ ਤੁਸੀਂ ਕਿਆ ਕੋਈ ਪੈਗਾਮ ਹੈ? ਅਸਾਂ ਤਾਂ ਬਸ ਆਹਣੇ ਅੱਲਾ ਤਾਲਾ ਜਿਹੜਾ ਅਮਾਨ 'ਚ ਰੱਖਿਆ, ਆਪਣੀ ਜੜ੍ਹਾਂ ਅੱਛੀ ਜ਼ਿੰਦਗੀ ਆਪਣੀ ਉਹ ਬਸਰ ਕਰਨ। ਅੱਛਾ, ਉਹ ਜਿਹੜੇ ਪਰਦੇਸ ਵਾਲੇ ਨੇ, ਉਹ ਤਾਂ ਵਾਕਿਆ ਹਰ ਬੰਦੇ ਕੀ ਮਾਣੇ, ਅਸਾਂ ਜਿਹੜਾ ਇੱਥੇ ਆਪਣਿਆਂ ਕੀ ਬੜਾ ਮਿਸ ਕਰਨੇ ਆ, ਬੜਾ ਜਨਾਬ ਉਹਨਾਂ ਕੀ ਜਿਹੜਾ ਨਾ ਯਾਦ ਕਰਨੇ ਆ, ਤੇ ਜਿਹੜੇ ਤੁਸਾਂ ਨੇ ਆਪਣੇ ਗਏ ਹੁਣ ਤੁਸਾਂ ਉਹਨਾਂ ਦੀ ਕਿਤਨਾ ਯਾਦ ਕਰਨੇ ਆ? ਹਰ ਵੇਲੇ ਯਾਦ ਕਰਨੇ ਆ ਜੀ ਅਸਾਂ ਤਾਂ। ਠੀਕ ਹੋਈ ਗਿਆ। ਤੇ ਬਾਕੀ ਕਹਿਣੇ ਹੋ ਜਿਹੜਾ ਇਹ ਇਲਾਕਾ ਆ, ਇਹ ਇਲਾਕੇ ਦੀ ਮਾਸ਼ਾਅੱਲਾ ਤੱਕੀਆਂ ਸਭ ਕੋਠੀਆਂ ਕਾਫੀ ਬਣਤੀਆਂ ਹਨ, ਬੇਸਿਕਲੀ ਇਹ ਬਾਹਰ ਨੇ ਲੋਕ ਰਹਿੰਦੇ, ਸਭ ਜ਼ਿਆਦਾ ਬਾਹਰ ਨੇ ਲੋਕ ਜੀ, ਬਿਲਕੁਲ। ਠੀਕ ਹੈ, ਇੱਥਾਂ ਜਿਹੜੇ ਆਵਾਮ ਹੈ ਦਾਦਾ ਕਿਹੜੇ ਮੁਲਕੇ ਹੋਣੀ ਹੈ? ਇਹ ਜਨਾਬ ਇਹ ਲਾਦਰਮ ਬਰਮੀਗਾਮ ਇਸ ਤਰੀਕੇ ਨਾਲ ਜਿਹੜਾ। ਠੀਕ ਹੋ ਗਿਆ। ਤੇ ਤੁਸਾਂ ਗੁਜ਼ਰੇ ਕੋ ਬਾਹਰ ਨਹੀਂ ਚੱਕਰ ਲਾਉਣਾ? ਨਾ ਨਾ, ਅਸਾਂ ਅੱਲਾ ਨੂੰ ਬਣਾ ਅਜਤ ਹੈ ਕਰ ਰਹੇ ਹਾਂ। ਕੋਈ ਆਇਆ ਟਰਾਈ ਬਾਹਰ ਜਾਣਾ ਨਹੀਂ? ਨਾ ਨਾ ਨਾ, ਕੋਈ ਮਾੜੀ ਕੋਈ ਪਹਿਲੇ ਦਿੱਤੀ ਸੀ ਟਰਾਈ ਸ਼ਰਾਈ ਫਿਰਨੀ, ਇਸ ਮਾਰੇ ਨਹੀਂ ਜਿਹੜਾ। ਚਲੋ ਜੀ, ਅੱਲਾ ਹੈਰ ਕਰਿਆ। ਬਾਕੀ ਥਾਂ ਆ ਅੰਕਲ ਹੋਰਾਂ ਨੇ ਘਰ ਮਾਸ਼ਾਅੱਲਾ, ਇਹਨਾਂ ਨੇ ਘਰ ਅਸਾਂ ਮੌਜੂਦ ਹਾਂ, ਇਹਨਾਂ ਨਾਲ ਇੱਕ ਬੰਗਲਾ ਬੰਦੇ ਆ, ਬਹੁਤ ਹੀ ਜ਼ਿਆਦਾ ਖੂਬਸੂਰਤ ਹੈ, ਯਕੀਨ ਮੰਨੋ। ਇਸ ਨੇ ਮੈਂ ਡਰੋਨ ਸ਼ਾਟ ਵੀ ਦੇਣ ਤੁਸਾਂ ਕਿ ਉਹ ਵੀ ਦੱਸਾਂ। ਤਾਂ ਬਾਕੀ ਅਸਾਂ ਜਿਹੜੇ ਭਾਈ ਨੇ ਜਨਾਬ, ਉਹਨਾਂ ਸਪੈਸ਼ਲੀ ਰਾਬਤਾ ਕੀਤਾ ਸੀ ਕਿ ਜਾਓ ਅਸਾਂ ਇਲਾਕੇ ਨੇ ਵੀਡੀਓ ਬਣਾਓ, ਤੱਕੋ ਉਹਨਾਂ ਅਸਾਂ ਕਿਹਾ ਹੈ ਕਿ ਇਲਾਕੇ ਪੂਰੇ ਨਹੀਂ ਵੀਡੀਓ ਬਹਿ ਕੇ ਪੂਰਾ ਇਲਾਕਾ ਜਿਹੜਾ ਅਸਾਂ ਯਾਦ ਕਰਨੇ ਆ, ਔਰ ਕਿਤਨੇ ਲੋਕ ਜਿਹੜੇ ਬਾਹਰ ਹਨ ਉਹ ਤੱਕਣ ਅਤੇ ਚਲੋ ਖੁਸ਼ ਹੋਏ ਜਾ ਸਨ। ਬਾਕੀ ਜਨਾਬ ਉਹਨਾਂ ਭੈਰਾਂ ਦੀ ਵਜ੍ਹਾ ਤੋਂ ਇੱਥੇ ਸਪੈਸ਼ਲੀ ਆਏ ਹਾਂ, ਲੁਕਮਾਨ ਸਾਹਿਬ ਵੀ ਅਸਾਂ ਨਾਲ ਹਨ, ਫੁੱਲ ਟਾਈਮ ਅਸਾਂ ਕਿਹਨਾਂ ਨੇ ਦਿੱਤਾ, ਇਹਨਾਂ ਨੂੰ ਸ਼ੁਕਰੀਆ ਅਦਾ ਕਰਨੇ ਆ। ਬਾਕੀ ਸਾਰਿਆਂ ਤੋਂ ਪਹਿਲਾਂ ਤੁਸਾਂ ਕਿ ਡਰੋਨ ਸ਼ਾਟ ਦੱਸਣੇ ਆ, ਤੁਸਾਂ ਖੁਦ ਵੀ ਦੱਸੇ ਕਿ ਇਹ ਤੁਸਾਂ ਕੀ ਇਲਾਕਾ ਕਿਹਸਾ ਲੱਗਾ ਆ।
ਮਾਸ਼ਾਅੱਲਾ ਜੀ ਤੱਕਣੇ ਦੀ ਕੋਠੀ ਹੈ ਤੇ ਪਹਿਲੇ ਅਸਾਂ ਨੀਚੇ ਗਏ ਹਾਂ ਰਾਸ਼ਦ ਸਾਹਿਬ ਨੇ ਕੋਠੀ ਨੇ ਵੀਡੀਓ ਬਣਾਈ ਆ ਲਗਮਾਨ ਸਾਹਿਬ ਦੇ ਕੁਛ ਨਹੀਂ ਕੋਠੀ ਵਾਲਾ ਇਹ ਰਾਸ਼ਦ ਸਾਹਿਬ ਨੇ ਸਾਰੇ ਨੇ ਕੋਠੀ ਨਾ ਠੀਕ ਹੋਈ ਆ ਤੇ ਉਹਨਾਂ ਭਾਈ ਰਾਹ ਜੀ ਇਸਨੀ ਵੀਡੀਓ ਬਣਾਣੀ ਆ ਇਸਨੀ ਸਪੈਸ਼ਲ ਬਣਾਣੀ ਆ ਇਹ ਟੁਰੀ ਦਾ ਆ ਰੋਡ ਬੰਦ ਸੀ ਨਾ ਕਿਤਨੀ ਗਰਮੀ ਵਿੱਚ ਸਪੈਸ਼ਲੀ ਮੈਂ ਆ ਜੀ ਜੁਨਾ ਇਸ ਕੋਠੀ ਨੇ ਵੀਡੀਓ ਬਣਾਣੀ ਆ ਬਾਕੀ ਮਾਸ਼ਾਅੱਲਾ ਤੱਕੋ ਕਿਤਨੀ ਖੂਬਸੂਰਤ ਕੋਠੀ ਆ ਯਕੀਨ ਮੰਨੋ ਨੀਚੇ ਵਾਲੀ ਕੋਠੀ ਵੀ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਔਰ ਇਸ ਨੀਵੀਂ ਹੈ ਤੁਸੀਂ ਤੱਕਣੇ ਹੁਣ ਅੱਗੇ ਇਹਨਾਂ ਬੂਟੇ ਵਗੈਰਾ ਲਾਏ ਹੋਏ ਕਿਤਨੀ ਬਿਹਤਰੀਨ ਇਹਨਾਂ ਮਾਸ਼ਾਅੱਲਾ ਤਿਆਰ ਕੀਤੀ ਵੀ ਹੈ ਇਸ ਕੋਠੀ ਨੇ ਹਾਲੀ ਤੁਸੀਂ ਫਰੰਟ ਲੁੱਕ ਚੈੱਕ ਕਰੋ ਕਿਤਨੀ ਸੋਹਣੀ ਹੈ ਬਾਕੀ ਤੁਸਾਂ ਇਨਸ਼ਾਅੱਲਾ ਇਸ ਨੇ ਡਰੋਨ ਸ਼ਾਟ ਵੀ ਦੱਸਾਂ ਤੁਸੀਂ ਉਹ ਵੀ ਤਕਸੋ ਤੁਸੀਂ ਪਤਾ ਲੱਗ ਸੀ ਕਿ ਵਾਕਿਆ ਮਾਸ਼ਾਅੱਲਾ ਇਹਨਾਂ ਕੋਠੀ ਤਿਆਰ ਕੀਤੀ ਹੈ ਤੁਸੀਂ ਚੈੱਕ ਕਰਨੇ ਹੋ ਬਾਕੀ ਕਹਿਣੇ ਹੋ ਜੀ ਡਰੋਨ ਸ਼ਾਟ ਹੋਣੇ ਚਾਹੀਦੇ ਨੇ ਇੱਥੇ ਬਿਲਕੁਲ ਹੁਣ ਚੱਲਨੇ ਹਾਂ ਇਸ ਨੇ ਛੱਤਾਂ ਪਰ ਚੱਲੀ ਸੋਹਣੇ ਜਿਹੇ ਡਰੋਨ ਸ਼ਾਟ ਇੰਨੀ ਤੁਸੀਂ ਕੀ ਉਹ ਵੀ ਦੱਸਣੇ ਹਾਂ ਕਦੀ ਐਸਾ ਵੀ ਉਹਨੇ ਤੂੰ ਆ ਜਾਣੇ ਵਈ ਅੱਲਾ ਕਸਮ ਅੱਜ ਦਿਲ ਨੂੰ ਸਜਣਾ ਜਬ ਤੱਕ ਜੀਸਾ ਦਿਹਾੜੇ ਇਸ ਜ਼ਿੰਦਗੀ ਦੇ
ਉਹ ਜਬ ਤੱਕ ਜੀ ਦਿਹਾੜੇ ਇਸ ਜ਼ਿੰਦਗੀ ਦੇ ਉਹ ਰੈਸੀ ਅੱਖਾਂ ਵਿੱਚ ਤੇਰੀ ਤਸਵੀਰ ਵੀਰਾ ਉਹ ਰੋਗ ਤੇਰੇ ਵਿਛੋੜੇ ਦੇਖਣ ਕਹਿੰਦਾ ਉਹ ਸਾਨੂੰ ਪਾਗਲ ਕਰਦੇ ਸੀ ਆਖੀਰ ਵੀਰਾ ਉਹ ਜਦੋਂ ਪਲਦੀ ਉਹ ਜਦੋਂ ਪਲਦੀ ਫਿਰਾਕ ਦੀ ਅੱਗ ਸੀ ਨੇ ਉਹ ਕਦੋਂ ਰਹਿੰਦੇ ਠਿਕਾਣੇ ਸਰੀਰ ਵੀਰਾ ਉਹ ਦੁਖੀ ਕਿੱਥੇ ਜਾ ਕਰਾ ਓਏ ਤਲਾਸ਼ ਤੇਰੀ ਇਹ ਦੁਖੀ ਕਿੱਥੇ ਜਾ ਕਰਾ ਓਏ ਤਲਾਸ਼ ਤੇਰੀ ਇਹ ਦੂਰ ਅੱਖੀਆਂ ਥੀ ਲੈ ਗਈ ਤਕੀਰ ਵੀਰਾ ਛੋਟੀ ਜੀ ਕਾਵਿਸ਼ ਸੀ ਤੇ ਇਨਸ਼ਾਅੱਲਾ ਇੱਥੇ ਲੋਕ ਜਿਹੜੇ ਬਾਹਰ ਆਪਣਾ ਆਪਣਾ ਇਲਾਕਾ ਤੱਕੀ ਗਏ ਸਨ ਤਾਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਉਹਨਾਂ ਭਜਨਾਂ ਵੀ ਅਸਾਂ ਕਿ ਅਸਾਂ ਕਿ ਉਹਨਾਂ ਸਪੈਸ਼ਲ ਆਇਆ ਕਿ ਜੋ ਤੁਸੀਂ ਵੀਡੀਓ ਬਣਾਓ ਬਾਕੀ ਆ ਜਿਹੜੀ ਅਸਾਂ ਵੀਡੀਓ ਬਣਾਈ ਹੈ ਯਕੀਨ ਹੈ ਕਿ ਤੁਸੀਂ ਜ਼ਰੂਰ ਇੰਜੋਏ ਕੀਤੀ ਹੋ ਸੀ ਬਾਕੀਆਂ ਨੇ ਪਰ ਇਹ ਆਸਾਂ ਕਿ ਭਰਾਵਾਂ ਕੀ ਦੁਆਵਾਂ ਯਾਦ ਰੱਖੇ ਮਿਲਸਾਂ ਅਗਲੀ ਵੀਡੀਓ ਇੱਟਾਂ ਲਾਸ ਸੋਣੇ ਵਾਲਾ ਹੈ।